वेलकम टू द ट्रिब्यून इंटरव्यू शो टुडे वी हैव अ स्पेशल गेस्ट आप कैंडिडेट फ्रॉम गिदड़वाहा मिस्टर हरदीप सिंह डिंपि टिल्लो वेलकम जी सत श्री अकाल जी थैंक यू सो मच जी सो ਤੁਹਾਨੂੰ ਲੋਕ ਵੋਟ ਆਮ ਆਦਮੀ ਨੂੰ ਗਿਦੜਵਾਹ ਦੇ ਲੋਕ ਵੋਟ ਕਿਉਂ ਪਾਣ ਜੀ ਆਮ ਆਦਮੀ ਪਾਰਟੀ ਬਹੁਤ ਵਧੀਆ ਹੈ और मैं इथोंदा लोकल कैंडिडेट हां तो और हमेशा हर इंसान ਦੇ ਦੁੱਖ ਸੁੱਖ ਵਿੱਚ ਮੈਂ ਖੜਦਾ ਕੰਮਬੜੇ ਕਰਾਇਆ ਜਿੰਨੇ ਜੋਗਾ ਵੀ ਹਾਂ ਔਰ ਵਿਦਾਊਟ ਐਨੀ ਰਤਬਾ ਕਰਾਇਆ ਮੇਰੇ ਕੋਲੇ ਕੋਈ ਵੀ ਇਲੈਕਟਿਡ ਪੋਸਟ ਨਹੀਂ ਰਹੀ ਹਜੇ ਤੱਕ ਜਿੰਨੇ ਜੋਗਾ ਵੀ ਮੈਂ ਸੀ ਲੋਕਾਂ ਦੇ ਹਰ ਦੁੱਖ ਸੁੱਖ ਦੇ ਵਿੱਚ ਖੜਾ ਕੰਮਕਾਰ ਕਰਾਇਆ ਨਾਲ ਤੁਰਿਆ ਜੇ ਜਿੱਤਦੇ ਹਾਂ ਤਾਂ ਕੋਈ ਮੰਤਰੀ ਬਣਨ ਦਾ ਪਾਰਟੀ ਵੱਲੋਂ ਕੋਈ ਅਸ਼ੋਰੈਂਸ ਮੈਂ ਰੱਖੀ ਨਹੀਂ ਮੰਗ ਜੀ ਮੇਰੀ ਕੋਈ ਨਾ ਇੱਛਾ ਹਾਂ ਪਾਰਟੀ ਕੋਈ ਸੇਵਾ ਮੈਥੋਂ ਲੈਣਾ ਚਾਹੂਗੀ ਮੈਂ ਜ਼ਰੂਰ ਮਤਲਬ ਕਰਨ ਦੀ ਇਚਾਰਾ مطلب ਹਜੇ ਤੱਕ ਕੋਈ ਆਜੀ ਗੱਲ ਨਹੀਂ ਹੋਈ ਮੇਰੀ ਕੋਈ ਡਿਮਾਂਡ ਮੇਰੀ ਕੋਈ ਦਿਮਾਗ ਕੀ ਲੋਕ ਪਾਰਟੀ ਚੇਂਜ ਕਰਨ ਵਾਲਿਆਂ ਤੇ ਵਿਸ਼ਵਾਸ ਕਰਦੇ ਬਿਲਕੁਲ ਕਰਦੇ ਪੂਰਾ ਕਰਦੇ ਆ ਕੀ ਵਜ੍ਹਾ ਰਹੀ ਸੀ ਪਾਰਟੀ ਚੇਂਜ ਕਰਨ ਦੀ ਸਰ ਮੈਂ ਪਹਿਲਾਂ ਵੀ ਕਾਫੀ ਇਹ ਇੰਟਰਵਿਊਸ ਦੇ ਚੁੱਕਿਆ ਹਾਂ ਔਰ ਉਹਦੇ ਵਿੱਚ ਮੈਂ ਕਾਫੀ ਵਾਰ ਹਰ ਗੱਲ ਇਹੀ ਵਾਰੀ ਵਾਰੀ ਦੱਸ ਚੁੱਕਿਆ ਹਾਂ ਕਿ ਮੈਨੂੰ ਜਿਹੜੀ ਡਾਊਟ ਸੀ ਸਭ ਤੋਂ ਵੱਡਾ ਡਾਊਟ ਸੀ ਸਦਾਰਨਕ ਪੀਸਿੰਗ ਬਾਰੇ ਜੀ ਮੈਨੂੰ ਆਪਦੇ ਆਪ ਨੂੰ ਠੱਗਿਆ ਠੱਗਿਆ ਫੀਲ ਹੋ ਰਿਹਾ ਸੀ ਇਸ ਚੀਜ਼ ਦੇ ਵਿੱਚ ਕਿ ਮੇਰੇ ਨਾਲ ਕੁਛ ਨਾ ਕੁਛ ਆਪਣਾ ਫਿਸ਼ੀ ਹੋ ਰਿਹਾ ਉਸ ਕਰਕੇ ਫਿਰ ਮੈਨੂੰ ਲੋਕ ਹੀ ਆ ਕੇ ਐਕਚੁਅਲੀ ਕਹਿਣ ਲੱਗ ਪਏ ਸੀ ਤੇਰੇ ਨਾਲ ਯਾਰ ਕੁਛ ਠੀਕ ਨਹੀਂ ਚੱਲ ਰਿਹਾ ਡਿੰਪੀ ਤੂੰ ਫਿਰ ਤਰਨ ਨੁਕਸਾਨ ਹੋਊਗਾ ਉਹ ਸਾਰੀਆਂ ਗੱਲਾਂ ਨੂੰ ਲੈ ਕੇ ਫਿਰ ਸਾਰਾ ਪਬਲਿਕ ਦੇ ਡਿਸੀਜਨ ਸੀ ਜਿਹੜਾ ਐਕਚੁਅਲ ਦੇ ਵਿੱਚ ਮੈਂ ਕੁਇਟ ਕੀਤਾ ਬਟ ਮਨਪ੍ਰੀਤ ਆ ਬੀਜੇਪੀ ਤੋਂ ਇਲੈਕਸ਼ਨ ਲੜ ਰਹੀ ਹੈ ਤੁਸੀਂ ਕਹਿ ਰਹੇ ਸੀ ਵੀ ਦੋਨੋਂ ਬਾਦਲ ਕਜ਼ਨਸ ਐ ਉਹ ਇਕੱਠੇ ਐ ਹਰ ਇੱਕ ਇਲੈਕਸ਼ਨ ਲੜਨਗੇ ਤੇ ਅਕਾਲੀ ਦਲ ਕੁਇਟ ਕਰ ਗਿਆ ਇਹ ਸਾਰੇ ਸਰਕਮਸਟਾਂਸਸ ਜੀ ਬਾਅਦ ਚ ਚੇਂਜ ਹੋ ਗਏ ਲੇਕਿਨ ਉਦੋਂ ਇਹੀ ਲੱਗ ਰਿਹਾ ਸੀ ਠੀਕ ਹੈ ਤੁਹਾਨੂੰ ਫਿਰ ਹੁਣ ਕੋਈ ਅਫਸੋਸ ਹੈ ਪਾਰਟੀ ਛੱਡਣ ਦਾ ਕਿਉਂਕਿ ਉਹ ਸਰਕਮਸਟਾਂਸਸ ਉਨ ਚੇਂਜ ਹੋ ਗਏ ਨਹੀਂ ਹੁਣ ਕੋਈ ਅਫਸੋਸ ਨਹੀਂ ਜੀ ਉਦੋਂ ਜ਼ਰੂਰ ਮੇਰੇ ਮਤਲਬ ਕਿ ਦਿਲ ਨੂੰ ਬੜੀ ਸੱਟ ਲੱਗੀ ਸੀ ਜਦੋਂ ਮੈਂ ਪਾਰਟੀ ਛੱਡੀ ਸੀ ਪਾਰਟੀ ਆਪਣੀ ਮਾਂ ਹੁੰਦੀ ਹੈ ਜੀ ਬੜਾ ਬੜੀ ਔਖਾ ਹੁੰਦਾ ਤੁਹਾਨੂੰ ਐਡਾ ਵੱਡਾ ਡਿਸੀਜਨ ਲੈਣਾ ਔਰ 38 ਸਾਲ ਤੋਂ ਮੈਂ ਪਾਰਟੀ ਦੀ ਸੇਵਾ ਕਰ ਰਿਆ ਸੀ ਔਰ ਬੜਾ ਪਿਆਰ ਸੀ ਮੇਰਾ ਸਾਰੇ ਪਾਰਟੀ ਦੇ ਲੀਡਰ ਸਾਹਿਬਾਨਾਂ ਨਾਲ ਵਰਕਰ ਸਾਹਿਬਾਨਾਂ ਨਾਲ ਖਾਸ ਕਰਕੇ ਪ੍ਰਧਾਨ ਸਾਹਿਬ ਨਾਲ ਬਟ ਆਫਟਰ ਦੈਟ ਮੈਨੂੰ ਬੜਾ ਸੋਹਣਾ ਸੰਭਾਲਿਆ ਸੀ ਐਮ ਸਾਹਿਬ ਨੇ ਬਾਦਸ਼ਾਹ ਨੇ ਮੈਨੂੰ ਰਤੀ ਪਰ ਵੀ ਮਹਿਸੂਸ ਨਹੀਂ ਹੁੰਦੀ ਇਹ ਗੱਲ ਪਿਛਲੇ 3 ਮਹੀਨਿਆਂ ਤੋਂ ਤੁਸੀਂ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਹੋ ਹਾਂਜੀ ਕੀ ਤੁਹਾਨੂੰ ਸੁਖਵੀਰ ਬਾਦਲ ਇੱਕ ਵਧੀਆ ਇਨਸਾਨ ਜਾਂ ਨੇਤਾ ਲੱਗਦੇ ਹੈ ਜਾਂ ਭਗਵੰਤ ਮਾਨ ਲੱਗਦੇ ਹੈ ਸਰ ਸੁਖਵੀਰ ਬਾਦਲ ਜੀ ਦਾ ਇੱਕ ਅੱਡ ਕੈਰੈਕਟਰ ਹੈ ਇਹਨਾਂ ਦਾ ਇੱਕ ਅੱਡ ਕੈਰੈਕਟਰ ਹੈ ਦੋਨੇ ਆਪੋ ਆਪਣੇ ਥਾਂ ਤੇ ਬਹੁਤ ਅੱਛੇ ਬੰਦੇ ਆ ਕਦੇ ਸੁਖਵੀਰ ਬਾਦਲ ਦੀ ਜਾਂ ਅਕਾਲੀ ਦਲ ਦੀ ਕਦੇ ਯਾਦ ਆਈਏ ਨਹੀਂ ਯਾਦ ਤਾਂ ਦੇਖੋ ਹਮੇਸ਼ਾ ਹੀ ਆਉਂਗੀ 38 ਸਾਲ ਤੁਸੀਂ ਕਿਸੇ ਬੰਦੇ ਨਾਲ ਰਹੇ ਹੋ ਔਰ ਇੰਨਾ ਭਰਾਵਾਂ ਨੂੰ ਤੁਹਾਡਾ ਰਿਸ਼ਤਾ ਰਿਹਾ ਜਾਂ ਤਾਂ ਬਟ ਨੇਚੁਰਲ ਆ ਜੀ ਆਉਣੀ ਆਉਣੀ ਆ ਤੁਹਾਡੇ ਨਾਲ ਜਿਵੇਂ ਤੁਸੀਂ ਦੱਸਿਆ ਭਰਾਵਾਂ ਦਾ ਰਿਸ਼ਤਾ ਰਿਹਾ ਹੈ ਬੈਚੁਰਲ ਜੀ ਗੱਲ ਹੈ ਤੁਹਾਡੇ ਕੋਈ ਫੈਮਿਲੀ ਐਲਬਮਸ ਜਾਂ ਘਰੇ ਕੋਈ ਫੋਟੋਆਂ ਵੀ ਲੱਗੀਆਂ ਹੋਣਗੀਆਂ ਬਾਦਲ ਸਾਹਿਬ ਨਾਲ ਜਾਂ ਸੁਖਬੀਰ ਜੀ ਨਾਲ ਹੁਣ ਉਹਨਾਂ ਦਾ ਤੁਸੀਂ ਕੀ ਕੀਤਾ ਉਵੇਂ ਜਿਵੇਂ ਲੱਗੀਆਂ ਵੀ ਸਾਰੀਆਂ ਅੱਛਾ ਕਰੇ ਤੁਸੀਂ ਉਵੇਂ ਹੀ ਬਰਕਰਾਰ ਰੱਖਿਆ ਸਭ ਕੁਝ ਉਵੇਂ ਜਿਵੇਂ ਹੈ ਜਦੋਂ ਪਾਰਟੀ ਛੱਡੀ ਸੀ ਕਦੇ ਉਦੋਂ ਕਿਸੇ ਫੈਮਿਲੀ ਮੈਂਬਰ ਨੇ ਕਿਹਾ ਸੀ ਵੀ ਆਪਾਂ ਕੋਈ ਗਲਤ ਫੈਸਲਾ ਲੈ ਰਹੇ ਹਾਂ ਜਾਂ ਆਪਾਂ ਰੀਥਿੰਕ ਕਰੀਏ ਇਸ ਬਾਰੇ ਇਹ ਹੁਣ ਕਿਸੇ ਨੇ ਕਿਹਾ ਹੋਈ ਨਹੀਂ ਸਾਰੇ ਨੇ ਰਹਿ ਕਰਕੇ ਛੱਡੀ ਸੀ ਸਾਰੇ ਅਸੀਂ ਬੈਠ ਕੇ ਹੀ ਫਿਰ ਇਹ ਡਿਸੀਜਨ ਲਿਆਸ ਤੁਹਾਨੂੰ ਕੋਈ ਵਾਪਸੀ ਦੀ ਕੋਈ ਉਮੀਦ ਹੈ ਕਦੇ ਆਉਣ ਵਾਲੇ ਸਮੇਂ 'ਚ ਅਕਾਲੀ ਦਲ 'ਚ ਨਹੀਂ ਮੈਨੂੰ ਇਹ ਸੋਚ ਕੇ ਨਹੀਂ ਗਿਆ ਜੀ ਮੈਂ ਆਮ ਆਦਮੀ ਪਾਰਟੀ 'ਚ ਕਿ ਮੈਂ ਕਦੇ ਵਾਪਸ ਵੀ ਆਉਂਗਾ ਹੁਣ ਭਾਈ ਸਾਹਿਬ 60 ਸਾਲ ਦੇ ਕਰੀਬ ਹੋਣ ਵਾਲੇ ਐ ਜੀ ਲੋਕੀ ਕਿੱਥੇ ਪਾਰਟੀ ਬਦਲਦੇ ਫਿਰਾਂ ਕੁਝ ਆਮ ਆਦਮੀ ਦੀ ਪਾਰਟੀ ਦੇ ਲੀਡਰ ਤੁਹਾਡੇ ਤੋਂ ਨਾਰਾਜ਼ ਵੀ ਹੈ ਜਿਵੇਂ ਪ੍ਰਿਤਪਾਲ ਸ਼ਰਮਾ ਉਹ ਪਾਰਟੀ ਛੱਡ ਗਏ ਹੈ ਬੀਜੇਪੀ ਚ ਚਲੇ ਗਏ ਹੈ ਕੁਝ ਹੋਰ ਵੀ ਉਹਨਾਂ ਨਾਲ ਕੋਈ ਐਮਸੀ ਲੈਵਲ ਦੇ ਕੋਈ ਵਰਕਰ ਜਾਂ ਐਕਟਿਵਿਸਟ ਗਏ ਹੈ ਕੀ ਕਾਰਨ ਹੈ ਤੁਸੀਂ ਕੀ ਮਨਾ ਨਹੀਂ ਸਕਿਆ ਨਹੀਂ ਐਮਸੀ ਲੈਵਲ ਦਾ ਕੋਈ ਬੰਦਾ ਨਹੀਂ ਗਿਆ ਉਹਨਾਂ ਨਾਲ ਐਕਚੁਅਲੀ ਉਹਨਾਂ ਦਾ ਟਾਰਗੇਟ ਇੱਕੋ ਹੀ ਸੀ ਜੀ ਕਿ ਮੈਨੂੰ ਟਿਕਟ ਦਿੱਤੀ ਜਾਵੇ ਫਿਰ ਮੈਂ ਖੁਸ਼ ਹਾਂ ਜੇ ਮੇਰੀ ਸਾਥੀ ਕਿਸੇ ਨੂੰ ਹੋਰ ਵੀ ਟਿਕਟ ਦੇ ਦਿੰਦੇ ਉਹ ਐਕਚੁਅਲੀ ਮੇਰੇ ਨਾਲ ਨਹੀਂ ਨਾਰਾਜ਼ ਕੀ ਉਹਨਾਂ ਦੀ ਕੋਈ ਕਿਸੇ ਨੂੰ ਵੀ ਟਿਕਟ ਦੇ ਦਿੰਦੇ ਅਗਰ ਉਹਨਾਂ ਨੂੰ ਨਾ ਦੇ ਦੇ ਤਾਂ ਉਹ ਨਾਰਾਜ਼ ਸੀ ਆਛ ਜੀ ਹਾਂ ਜੇ ਤੁਸੀਂ ਜਿੱਤਦੇ ਹੋ ਤਾਂ ਗਿੱਦੜਵਾ ਦੇ ਕੀ ਮੇਨ ਕੰਮ ਕਰਾਉਂਗਾ ਬਹੁਤ ਕੰਮ ਪਿਆ ਭਾਈ ਸਾਹਿਬ ਮੇਰੇ ਤੇ ਸਾਰੇ ਟਿਪਸ ਤੇ ਨਾਲ ਦੀ ਨਾਲ ਹੀ ਸਟਾਰਟ ਕਰ ਦਾਂਗੇ ਕੰਮ ਕਰਨੇ ਸਾਰਾ ਮੈਂ ਪਲਾਨ ਕੀਤਾ ਹੋਇਆ ਵੀ ਇੱਕ ਦੋ ਜਦੋਂ ਤੁਸੀਂ ਅਕਾਲੀ ਦਲ ਚ ਸੀ ਕੰਸਟੀਟੂਐਂਸੀ ਇਨਚਾਰਜ ਸੀ ਕੋਈ ਉਹਦੋਂ ਮੇਨ ਕੰਮ ਤੁਸੀਂ ਕੋਈ ਰਾਇ ਹੋਣ ਜਿਹੜੇ ਕਰ ਸਕੋ ਭਾਈ ਇੱਕ ਦੋ ਮੇਨ ਕੰਮ ਹਲਕੇ ਦੇ ਮੈਂ ਮੇਨ ਕੰਮ ਇਹ ਹੈ ਜੀ ਕੱਸੀਆਂ ਬੜੀਆਂ ਬਣਾਈਆਂ ਸੀ ਜੀ ਬਾਕੀ ਪਾਈਪਲਾਈਨਸ ਬੜੀਆਂ ਪੁਆਇਆਂ ਸੀ ਜੀ ਮੇਨ ਕੰਮ ਸੀਵਰੇਜ ਦੀ ਮੈਂ ਗਿੱਦੜਵਾ ਦੇ ਵਿੱਚ ਮੈਂ ਜੰਨਾ ਚੱਲ ਰਿਹਾ ਐਸ ਵੇਲੇ ਸਾਡੇ ਸੀਵਰੇਜ ਦਾ ਬੜਾ ਮਾੜਾ ਹਾਲ ਹੈ ਮੈਂ ਬਹੁਤ ਕੇਅਰ ਟੇਕ ਕੀਤੀ ਸੀ ਕਦੇ ਬੂੰਦ ਵੀ ਪਾਣੀ ਨਹੀਂ ਘਟਾ ਸੀ ਜੀ ਸਾਡੇ ਗਿੱਦੜਵਾੜ ਦੇ ਵਿੱਚ ਜਿਹੜਾ ਐਸ ਵੇਲੇ ਓਵਰਫਲੋ ਹੋਇਆ ਰਹਿਦਾ ਸਾ ਜਿਹੜੇ ਤੁਹਾਡੇ ਓਪੋਨੈਂਟ ਹੈ ਹੁਣ ਰਾਜਾ ਵੜਿੰਦ ਦੀ ਵਾਈਫ ਦੋਨੋਂ ਵੜਿੰਗ ਕਪਲ ਕਲੇਮ ਕਰ ਰਹੀ ਹੈ ਵੀ ਅਸੀਂ ਬਹੁਤ ਕੰਮ ਕਰਾਈ ਹੈ ਗਿੱਦੜਵਾਲ ਕੇ ਨੂੰ ਅਸੀਂ ਬਹੁਤ ਸੁਧਾਰ ਦਿੱਤਾ ਹੈ ਕੀ ਇਹਦੇ ਵਿੱਚ ਕੋਈ ਸੱਚਾਈ ਹੈ ਸਰ ਗਿੱਦੜਵੇ ਜਾ ਕੇ ਪੁੱਛ ਲਓ ਜੀ ਤੁਸੀਂ ਤੁਹਾਨੂੰ ਉਹੀ ਦੱਸ ਦੇਣਗੇ ਜੀ ਮੇਰੇ ਮੇਰੇ ਬੋਲਣ ਦੀ ਲੋੜ ਨਹੀਂ ਭਾਈ ਸਾਹਿਬ ਤੁਹਾਨੂੰ ਇਹ ਲੋਕ ਦੱਸਣਗੇ ਤੁਹਾਡੇ ਤੇ ਪੰਚਾਇਤ ਇਲੈਕਸ਼ਨ ਵੇਲੇ ਵੀ ਕੋਈ ਅਲੀਗੇਸ਼ਨ ਲੱਗ ਤੱਕੇ ਨਾਲ ਕਈਆਂ ਨੂੰ ਫਾਰਮ ਨਹੀਂ ਭਰਨ ਦਿੱਤੇ ਜਾਂ ਉਹਨਾਂ ਦੇ ਬਾਅਦ ਚ ਨਾਮ ਰਿਜੈਕਟ ਕਰਾ ਦਿੱਤੇ ਗਏ ਆ ਇਹਦੇ ਚ ਕਿੰਨੀ ਕਿ ਸਚਾਈ ਹੈ ਭਾਈ ਸਾਹਿਬ ਇੱਕ ਵੀ ਬੰਦਾ ਸਾਬਤ ਕਰ ਦਿਓ ਜਿਹਦੇ ਕਾਗਜ਼ ਨਾ ਭਰਨ ਦਿੱਤੇ ਹੋਣ ਇੱਕ ਵੀ ਕਾਗਜ਼ ਸਾਬਤ ਕਰ ਦਿਓ ਜਿਹਦੇ ਮੈਂ ਰਿਜੈਕਟ ਕਰਾਇਆ ਐਕਚੁਅਲ ਦੇ ਵਿੱਚ ਇਹਨਾਂ ਨੇ ਇੱਕ ਹਾਈਪ ਕ੍ਰੀਏਟ ਕੀਤੀ ਆ ਇੱਕ ਇਹਨਾਂ ਨੇ ਸਿਸਟਮ ਇਹ ਬਣਾਇਆ ਸੀ ਕਿ ਅੱਗੇ ਬਾਏ ਇਲੈਕਸ਼ਨ ਆ ਆਪਾਂ ਇਹਨੂੰ ਇੱਕ ਮਤਲਬ ਕਿ ਇੱਕ ਇਫੂ ਬਣਾ ਲਓ ਇਹਨਾਂ ਦੇ ਅਗੇਂਸਟ ਪਾਰਟੀ ਦੇ 8-10 ਫਾਰਮ ਭਰਤੇ ਸਰਪੰਚੀ ਦੇ ਆਪ ਹੀ ਵਾਪਸ ਲੈ ਲੈ ਸਾਈਨ ਕਰਕੇ ਜੀ ਤੇ ਉਹਦਾ ਇਸ਼ੂ ਬਣਦਾ ਵੀ ਅਸੀਂ ਤਾਂ ਵਾਪਸ ਲੈ ਨਹੀਂ ਜੀ ਦੀ ਧਰਨਾ ਪ੍ਰਦਰਸ਼ਨ ਚੱਲ ਪਿਆ ਜੀ ਤੁਹਾਡੀ ਪਾਰਟੀ ਦੇ ਮੇਨ ਲੀਡਰ ਜਿਵੇਂ ਸੀਜੀਐਮ ਜਾਂ ਦਿੱਲੀ ਤੋਂ ਕੇਜਰੀਵਾਲ ਸਾਹਿਬ ਕੋਈ ਹਜੇ ਇਹਨਾਂ ਚੋਂ ਕੋਈ ਨਹੀਂ ਆਇਆ ਕੀ ਕਾਰਨ ਹੈ ਜੀ ਕੱਲ ਤੋਂ ਆ ਰਹੇ ਸੀਮ ਸਾਹਿਬ ਅੱਛਾ ਕੱਲ ਆ ਗਏ ਕੱਲ ਤਾਂ ਬਣ ਗਿਆ ਪੋਰ ਜੀ ਐਕਚੁਅਲੀ ਆਉਣਾ ਹੀ ਹੁੰਦਾ ਸੀ ਨਾ ਜੀ ਇਹ ਤੋਂ ਪਹਿਲਾਂ ਆ ਕੇ ਤਾਂ ਕੋਈ ਨਿਬੰਦਾ ਸੀ ਜੀ ਉਹਨੂੰ ਇਲੈਕਸ਼ਨ ਪੂਰਾ ਤੁਸੀਂ ਮਨਪ੍ਰੀਤ ਬਾਦਲ ਦੇ ਵੀ ਪਹਿਲਾਂ ਸਾਥੀ ਰਹੇ ਹੋ ਕਾਫੀ ਕਰੀਬੀ ਰਹੇ ਹੋ ਉਹਨਾਂ ਬਾਰੇ ਇਲੈਕਸ਼ਨ ਚ ਵੀ ਤੁਸੀਂ ਉਹਨਾਂ ਦੇ ਨਾਲ ਰਹੇ ਹੋ ਹੁਣ ਤੁਸੀਂ ਉਹਨਾਂ ਦੇ ਅਗੇਂਸਟ ਇਲੈਕਸ਼ਨ ਲੜ ਰਹੇ ਹੋ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੈ ਉਹਨਾਂ ਤੋਂ ਵੀ ਵੋਟਾਂ ਕਰਕੇ ਵੀ ਕੋਈ ਹੈ ਵੀ ਇੱਦਾਂ ਨਹੀਂ ਕੋਈ 1% ਵੀ ਨਹੀਂ ਕੋਈ ਤੁਹਾਡਾ ਮੇਨ ਓਪੋਨੈਂਟ ਕੌਣ ਹੈ ਮਿਸਿਸ ਵਡਿੰਗ ਜਾਂ ਮਨਪ੍ਰੀਤ ਬਾਦਲ ਜਾਂ ਕੋਈ ਹੋਰ ਕੈਂਡੀਡੇਟ ਨੋਬਾਡੀ 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 ਤੁਸੀਂ ਸ਼ੋਰ ਹੋ ਵਿਕਟਰੀ ਲਈ ਮੈਨੀ ਸ਼ੋਰ ਲੋਕ ਲੋਕ ਸ਼ੋਰ ਹਾਂ ਪਬਲਿਕ ਜੋ ਉਹਨਾਂ ਦੀ ਆਵਾਜ਼ ਹੈ ਉਹ ਦੱਸ ਤੁਸੀਂ ਗਿੱਦੜਵਾਲਕੇ ਚ ਕਿੰਨਾ ਕੁ ਮਾਰਜਨ ਸਮਝਦੇ ਹੋ ਜਿਹੜਾ ਵੀ ਕੈਂਡੀਡੇਟ ਜਿੱਤੂਗਾ ਕਿੰਨਾ ਕੁ ਮਾਰਜਨ ਰਹੂਗਾ ਉਹਦਾ ਮੈਨੂੰ ਇਹ ਲੱਗ ਰਿਹਾ ਜੀ ਕਿ ਉਹ ਮੈਂ ਹੁਣ ਦੇਖੋ ਆਲਮੋਸਟ ਸਾਰੇ ਪਿੰਡਾਂ ਜਾਇਆ ਆ ਮੈਨੂੰ ਇਹ ਲੱਗ ਰਿਹਾ ਮੇਰੇ ਦਿਲ ਦੀ ਆਵਾਜ਼ ਹੀ ਕਹਿ ਰਹੀ ਹੈ ਵੀ ਕਾਫੀ ਵੱਡੇ ਮਾਰਜਨ ਨਾਲ ਜਿੱਤੇਗਾ ਕਾਫੀ ਵੱਡੇ ਮਾਰਜਨ ਨਾਲ ਜਿੱਤੇਗਾ ਤੁਹਾਡਾ ਕੋਈ ਮੈਸੇਜ ਅਮ੍ਰਿਤਾ ਵੜਿੰਗ ਨੂੰ ਜਾਂ ਰਾਜਾ ਵੜਿੰਗ ਨੂੰ ਮਨਪ੍ਰੀਤ ਬਾਦਲ ਨੂੰ ਜਿਹੜੇ ਤੁਹਾਡੇ ਮੇਨ ਆਪੋਨੈਂਟਸ ਆ ਉਹਨਾਂ ਨੂੰ ਆ ਮੇਰਾ ਇਹੀ ਮੈਸੇਜ ਆ ਜੀ ਕਿ All the best. Thank you for watching the Tribune interview. Please keep watching this space and reading the Tribune newspaper. Thank you.